ਜਿਹੜਾ ਆਪਣਾ ਨਵਾਂ ਸ਼ਹਿਰ ਬਣਦਾ ਉੱਥੇ ਸਪੋਰਟਸ ਟੈਲੈਂਟ ਔਰ ਵਾਲੀਬਾਲ ਔਰ ਫੁੱਟਬਾਲ ਦਾ ਹੱਬ ਬਣ ਸਕਦਾ ਦੇਸ਼ ਵਾਸਤੇ, ਕਿਸੇ ਟਾਈਮ ਰਿਹਾ ਵੀ ਆ ਮਾਲਪੁਰ। ਤਮਾਮ ਉਹ ਮੁੱਦੇ ਆ ਜਿਹੜੇ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਦੇ ਭਵਿੱਖ ਨੂੰ ਸੰਵਾਰਨਗੇ। ਔਰ ਚੰਗਾ ਹੋਇਆ ਵੀ ਜਿਹੜੇ ਬੰਦੇ ਮੌਕਾ ਪ੍ਰਸਤ ਸੀ, ਜਿਹੜੇ ਗੱਦਾਰੀ ਕਰਦੇ ਰਹੇ, ਜਿਨ੍ਹਾਂ ਨੇ ਜਲੰਧਰ ਦੇ ਲੋਕਾਂ ਨਾਲ ਧੋਖਾ ਕੀਤਾ, ਉਹਨਾਂ ਦਾ ਟਾਈਮ ਨਾ ਅਸਲੀਅਤ ਸਾਹਮਣੇ ਆ ਗਈ। ਸੁਭਾਵਿਕ ਜਿਹੀ ਗੱਲ ਹੈ, ਕਿਤੇ ਨਾ ਕਿਤੇ ਜਾਂ ਤਾਂ ਉਹਨਾਂ ਨੂੰ ਵੱਡਾ ਲਾਜ ਦਿੱਤਾ ਗਿਆ ਜਾਂ ਉਹਨਾਂ ਨੇ ਕੋਈ ਵੱਡੇ ਇਹੋ ਜਿਹੇ ਕਰਤੂਤਾਂ ਕੀਤੀਆਂ ਜਿਹਦੇ ਪਿੱਛੇ ਬੀਜੇਪੀ। ਸਾਡੇ ਨਾਲ ਆਮ ਆਦਮੀ ਪਾਰਟੀ ਦੇ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਮਲਵਿੰਦਰ ਸਿੰਘ ਕੰਗ ਜੀ ਸਾਡੇ ਨਾਲ ਮੌਜੂਦ ਆ। ਸਰ, ਕਿਸ ਤਰ੍ਹਾਂ ਦੇਖਦੇ ਹੋ ਕਿ ਪਾਰਟੀ ਨੇ ਇੰਨੀ ਵੱਡੀ ਕਹਿ ਸਕਦੇ ਕਿ ਭਰੋਸਾ ਜਿਤਾਇਆ ਤੁਹਾਡੇ ਤੇ, ਕਿਸ ਤਰ੍ਹਾਂ ਦੇਖਦੇ ਪਹਿਲਾਂ ਦੱਸੀ? ਪਾਰਟੀ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ ਮੈਂ ਮਾਣਯੋਗ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਸਾਡੇ ਸਤਿਕਾਰਯੋਗ ਪੰਜਾਬ ਦੇ ਹਰਮਨ ਪਿਆਰੇ ਨੇਤਾ ਭਗਵੰਤ ਮਾਨ ਜੀ ਦਾ ਔਰ ਪੂਰੀ ਲੀਡਰਸ਼ਿਪ ਦਾ। ਸਧਾਰਨ ਵਰਕਰ ਨੂੰ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਵਰਗੀ ਇੱਕ ਅਹਿਮ ਜਿਹੜੀ ਧਰਤੀ ਤੋਂ ਇਲੈਕਸ਼ਨ ਲੜਨ ਦਾ ਮੌਕਾ ਦਿੱਤਾ, ਤਾਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਪਾਰਟੀ ਦਾ ਧੰਨਵਾਦ ਕਰਦਾ, ਉਹ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕਰਦਾ। ਸਰ, ਹਜੇ ਤੱਕ ਕਿਹੜੇ ਮੁੱਦੇ ਤੁਸੀਂ ਉੱਥੇ ਦੇ ਦੇਖ ਚੁੱਕੇ ਹੋਏ, ਤੁਹਾਨੂੰ ਲੱਗਦਾ ਕਿ ਇਸ ਮੁੱਦਿਆਂ 'ਤੇ ਜਿਹੜੇ ਕਿ ਇਸ ਵਾਰੀ ਚੋਣ ਲੜੀ ਜਾਊਗੀ ਅਤੇ ਉਹਨਾਂ ਦੀ ਕਿਹੜੀ ਮੁਸ਼ਕਿਲਾਂ ਜਿਹੜੀ ਹਜੇ ਤੱਕ ਤੁਸੀਂ ਜਾ ਕੇ ਤੁਹਾਨੂੰ ਲੱਗਦਾ ਕਿ ਯਾਰ ਪਿਛਲੇ ਕਈ ਸਾਲਾਂ ਤੋਂ ਹੱਲ ਨਹੀਂ ਹੋਈਆਂ, ਮੈਂ ਅਗਰ ਆਉਂਦਾ ਹੈਗਾ ਤਾਂ ਇਹ ਚੀਜ਼ਾਂ ਨੂੰ ਹੱਲ ਜ਼ਰੂਰ ਕਰਾਊਂਗਾ? ਦੇਖੋ, ਪਿਛਲੇ ਕੱਲ੍ਹ ਸਾਡੇ ਮਾਣਯੋਗ ਮੁੱਖ ਮੰਤਰੀ ਮਾਨ ਸਾਹਿਬ ਨੇ ਇੱਕ ਅਹਿਮ ਮੀਟਿੰਗ ਲਈ ਸੀ ਸਾਡੇ ਸਾਰੇ ਹਲਕੇ ਦੇ MLA ਸਾਹਿਬਾਨਾਂ ਨਾਲ ਔਰ ਹਲਕਾ ਇੰਚਾਰਜਾਂ ਨਾਲ। ਉਹਦੇ 'ਚ ਮੁੱਖ ਮੰਤਰੀ ਜੀ ਵੱਲੋਂ ਤਾਂ ਬੜੀਆਂ ਸਪੱਸ਼ਟ ਹਦਾਇਤਾਂ ਹੈ ਕਿ 2 ਸਾਲ 'ਚ ਸਰਕਾਰ ਨੇ ਜਿਸ ਪੋਜ਼ਿਟਿਵਿਟੀ ਨਾਲ, ਚਾਹੇ ਨੌਕਰੀਆਂ ਦੇਣ ਦੀ ਗੱਲ ਹੈ ਮੈਰਿਟ 'ਤੇ, ਚਾਹੇ ਲੋਕਾਂ ਦੀਆਂ ਸਹੂਲਤਾਂ ਬਿਜਲੀ ਫਰੀ ਦੇਣ ਦੀ ਗੱਲ ਹੈ, ਮੁਹੱਲਾ ਕਲੀਨਿਕ 1.5 ਕਰੋੜ ਤੋਂ ਵੱਧ ਲੋਕਾਂ ਨੇ ਇਲਾਜ ਕਰਾਇਆ ਫਰੀ ਆਫ ਕੋਸਟ, ਅੱਛੇ ਸਕੂਲ, ਜਿਹੜਾ ਸਾਡਾ ਕੰਸਟਰਕਟਿਵ ਔਰ ਪੋਜ਼ਿਟਿਵ ਏਜੰਡਾ ਹੈ, ਚਾਹੇ ਮਾਫੀਆ ਰਾਜ ਨੂੰ ਖਤਮ ਕਰਨ ਦੀ ਗੱਲ। ਸੋ ਉਸ ਏਜੰਡੇ ਨੂੰ ਘਰ ਘਰ ਤੱਕ ਲੈ ਕੇ ਜਾਵਾਂਗੇ। ਨਾਲ ਨਾਲ ਜਿੱਥੋਂ ਤੱਕ ਤੁਸੀਂ ਕਿਹਾ ਅਨੰਦਪੁਰ ਸਾਹਿਬ 'ਚ, ਦੇਖੋ ਅਨੰਦਪੁਰ ਸਾਹਿਬ 'ਚੋਂ ਹਮੇਸ਼ਾ ਕਾਂਗਰਸ ਅਕਾਲੀ ਇਹ ਜੁੜਜਦੇ ਰਹੇ ਆ, ਲੇਕਿਨ ਇਸ ਪਵਿੱਤਰ ਧਰਤੀ 'ਤੇ ਬਹੁਤ ਜ਼ਿਆਦਾ ਸੰਭਾਵਨਾਵਾਂ ਟੂਰਿਜ਼ਮ ਦੀਆਂ, ਜਿਹਨੂੰ ਲੈ ਕੇ ਬਹੁਤ ਕੁਛ ਨਹੀਂ ਹੋਇਆ। ਬੰਗੇ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੱਕ 4 ਲੇਨ ਸੜਕ ਦੀ ਹਰ ਵਾਰ ਨਾਰਾ ਲਾਉਂਦੇ ਰਹੇ ਜਿੰਨੇ ਵੀ ਇਹ ਰਹੇ ਆ, ਚਲੋ ਮੈਂ ਨਾਂ 'ਤੇ ਹੁਣ ਕਿਸੇ ਦਾ ਕੀ ਲੈਣਾ। ਅਤੇ ਸਭ ਤੋਂ ਉੱਥੇ ਵਧੀਆ ਗੱਲ ਹੈ ਕਿ ਜਿਹੜਾ ਸਾਡਾ ਬੱਲਾ ਚੌਰ ਗੜ੍ਹ ਸ਼ੰਕਰ ਜਿਹੜਾ ਆਪਣਾ ਨਵਾਂ ਸ਼ਹਿਰ ਬਣਦਾ, ਉੱਥੇ ਸਪੋਰਟਸ ਟੈਲੈਂਟ ਬਹੁਤ ਹੈ, ਵਾਲੀਬਾਲ ਔਰ ਫੁੱਟਬਾਲ ਦਾ ਹੱਬ ਬਣ ਸਕਦਾ ਦੇਸ਼ ਵਾਸਤੇ, ਕਿਸੇ ਟਾਈਮ ਰਿਹਾ ਵੀ ਆ ਮਾਲਪੁਰ। ਰੂਪਨਗਰ ਜਿਹੜਾ ਆ ਰੋਪੜ ਔਰ ਸ਼੍ਰੀ ਅਨੰਦਪੁਰ ਸਾਹਿਬ ਨੰਗਲ, ਉੱਥੇ ਵਾਟਰ ਜਿਹੜੇ ਸਪੋਰਟਸ ਆ ਉਹਨੂੰ ਬੜਾ ਬੜਾ ਸਕੋਪ। ਸੋ ਉਹ ਸਾਰੀਆਂ ਚੀਜ਼ਾਂ 'ਤੇ ਕੰਮ ਕਰਾਂਗੇ, ਨਵੀਆਂ ਅਕੈਡਮੀਆਂ ਲਿਆਵਾਂਗੇ। ਔਰ ਸਭ ਤੋਂ ਵੱਧ ਗੱਲ ਹੈ ਵੀ ਉੱਥੇ ਜਿਹੜਾ ਇਹ ਬਿਹਤਰੀਨ ਇਨਫਰਾਸਟ੍ਰਕਚਰ ਦੇਣਾ ਹੈ, NFL ਦਾ ਇਸ਼ੂ ਹੈ ਇੱਕ ਉੱਥੇ ਬਹੁਤ ਵੱਡਾ, ਉਹਨੂੰ ਲੈ ਕੇ ਸੈਂਟਰ ਸਰਕਾਰ ਨੇ ਕਦੀ ਧਿਆਨ ਦਿੱਤਾ? ਸੈਂਟਰ ਤਾਂ ਵੈਸੇ ਹੀ ਪੰਜਾਬ ਦੇ ਬੜਾ ਇੰਗੇਜ ਹੈ। ਇਸ ਤਰੀਕੇ ਨਾਲ ਤਮਾਮ ਉਹ ਮੁੱਦੇ ਆ ਜਿਹੜੇ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਦੇ ਭਵਿੱਖ ਨੂੰ ਸੰਵਾਰਨਗੇ, ਉਹਨੂੰ ਤਾਂ ਕੰਮ ਕਰਾਂਗੇ। ਸਰ, ਜਲੰਧਰ ਸੀਟ ਨੂੰ ਕਿੱਦਾਂ ਦੇਖ ਰਹੇ, ਕਿਉਂਕਿ ਅੱਜ ਦੀ ਮਿਲਣੀ ਕਾਫੀ ਅਹਿਮ ਸੀ, ਕਿਉਂਕਿ ਵਰਕਰਾਂ 'ਚ ਕਿਤੇ ਨਾ ਕਿਤੇ ਨਿਰਾਸ਼ਾ ਤਾਂ ਹੋਣੀ, ਕਿਉਂਕਿ 2 ਪਾਰਟੀ ਦੇ ਕਹਿ ਸਕਦੇ ਲੀਡਰ ਵੱਡੇ ਉਹ ਜਿਹੜੇ ਕਿ ਛੱਡ ਕੇ BJP 'ਚ ਸ਼ਾਮਿਲ ਹੋਏ ਆ, ਕਿਤੇ ਨਾ ਕਿਤੇ ਜਿਹੜੇ ਵਰਕਰ ਹੁੰਦੇ ਉਹਨਾਂ ਨੂੰ ਹੁੰਦਾ ਕਿ ਅਸੀਂ ਸਾਰੇ ਸਾਲ ਮਿਹਨਤ ਕਰਦੇ ਹੈਗੇ, ਬੰਦੇ ਨੂੰ ਜਿਤਵਾਉਂਦੇ ਵੀ ਹੈਗੇ ਅਤੇ ਬਾਅਦ 'ਚੋਂ ਐਂਡਲੇ ਟਾਈਮ ਜਿਹੜਾ ਨੇਤਾ ਵਾ ਦੂਜੀ ਪਾਰਟੀ ਚੱਲ ਜਾਂਦਾ। ਗੱਲ ਇਹ ਆ ਵੀ ਪਾਰਟੀ ਨੂੰ, ਪਾਰਟੀ ਦਾ ਕੁਛ ਨਹੀਂ ਵਿਗੜਦਾ, ਬੰਦਾ ਹੀ ਜਾਂਦਾ ਹੈ। ਔਰ ਚੰਗਾ ਹੋਇਆ ਵੀ ਜਿਹੜੇ ਬੰਦੇ ਮੌਕਾ ਪ੍ਰਸਤ ਸੀ, ਜਿਹੜੇ ਗੱਦਾਰੀ ਕਰਦੇ ਰਹੇ, ਜਿਨ੍ਹਾਂ ਨੇ ਜਲੰਧਰ ਦੇ ਲੋਕਾਂ ਨਾਲ ਧੋਖਾ ਕੀਤਾ, ਉਹਨਾਂ ਦਾ ਟਾਈਮ ਨਾਲ ਅਸਲੀਅਤ ਸਾਹਮਣੇ ਆ ਗਈ। ਦੇਖੋ, ਇਹ ਤਾਂ ਸੱਚਾਈ ਹੈ ਨਾ ਕਿ ਮਾਨ ਸਾਹਿਬ ਨੇ, ਆਮ ਆਦਮੀ ਪਾਰਟੀ ਨੇ ਬੜੀ ਜ਼ੋਰ ਲਾ ਕੇ ਸਾਡੇ ਵਲੰਟੀਅਰਾਂ ਨਾਲ ਤਾਂ ਦਿਨ ਰਾਤ ਕੀਤੀ ਜਲੰਧਰ ਵਾਲਿਆਂ ਨੇ, ਉਹਨਾਂ ਨੂੰ ਜਿਤਾਇਆ। ਔਰ ਉਹ ਪਾਰਟੀ ਜੁਆਇਨ ਕਰ ਰਿਹਾ 4th ਨੰਬਰ ਵਾਲੀ ਭਾਜਪਾ ਔਰ ਛੱਡੀ ਹੈ ਆਮ ਆਦਮੀ ਪਾਰਟੀ। ਸੁਭਾਵਿਕ ਜਿਹੀ ਗੱਲ ਹੈ, ਕਿਤੇ ਨਾ ਕਿਤੇ ਜਾਂ ਤਾਂ ਉਹਨਾਂ ਨੂੰ ਵੱਡਾ ਲਾਲਚ ਦਿੱਤਾ ਗਿਆ,
ਜਾਂ ਉਹਨਾਂ ਨੇ ਕੋਈ ਵੱਡੇ ਇਹੋ ਜਿਹੇ ਕਰਤੂਤਾਂ ਕੀਤੀਆਂ ਸੀ ਜਿਹਦੇ ਪਿੱਛੇ ਬੀਜੇਪੀ ਨੇ ਉਹਨਾਂ ਨੂੰ ਡਰਾ ਲਿਆ ਸਾਹਿਬ? ਉਹਨਾਂ ਦਾ ਪਤਾ ਕਹਿਣਾ ਹੈ ਕਿ ਉਹ ਕਹਿੰਦੇ ਕਿ ਸਾਡੇ ਕੰਮ ਨਹੀਂ ਹੋ ਰਹੇ ਸੀ, ਅਸੀਂ ਜਾ ਰਹੇ ਸੀ, ਸਾਡੇ ਕੰਮ ਨਹੀਂ ਕਰਦੇ ਪਏ ਸੀ, ਅਸੀਂ ਲੋਕਾਂ ਲਈ ਪਾਰਟੀ ਛੱਡੀ। ਮੇਰੀ ਗੱਲ ਸੁਣੋ, ਕੰਮ ਤੇ ਜਿਹੜੇ 2 ਸਾਲ 'ਚ ਮਾਨ ਸਾਹਿਬ ਦੀ ਸਰਕਾਰ ਨੇ ਕੀਤੇ ਆ ਉਹ ਤੇ ਇਤਿਹਾਸਿਕ ਹੈ। ਜੇ ਕੰਮ ਨਾ ਨਹੀਂ ਕਰ ਰਿਹਾ ਉਹ ਤੇ ਸੈਂਟਰ RDM ਸਾਡਾ ਰੋਕ ਰੱਖਿਆ, ਨੈਸ਼ਨਲ ਹੈਲਥ ਮਿਸ਼ਨ ਦਾ ਭਾਜਪਾ ਨੇ ਸਾਡਾ ਰੋਕ ਰੱਖਿਆ, ਕਿਸਾਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਭਾਜਪਾ ਦੀਆਂ ਸਰਕਾਰਾਂ ਕਰ ਰਹੀਆਂ। ਲਖੀਮਪੁਰ ਖੀਰੀ ਦੇ ਕਿਸਾਨਾਂ ਨੂੰ ਜਸਟਿਸ ਹਜੇ ਤੱਕ ਨਹੀਂ ਮਿਲਿਆ। ਮਿਲਣਾ ਜਸਟਿਸ ਤੇ ਕੀ ਸੀ, ਉਹਦੇ ਮੁੰਡੇ ਦੇ ਪਿਓ ਨੂੰ ਟੈਣੀ ਮਿਸ਼ਰੇ ਨੂੰ ਫਿਰ ਜਿਹੜਾ ਟਿਕਟ ਦੇ ਕੇ ਨਵਾਜ ਤਾ ਭਾਜਪਾ ਨੇ। ਸੋ ਉਹ ਤੇ ਪੂਰਾ ਉਹਨਾਂ ਦਾ ਰਵੱਈਆ ਹੀ ਐਂਟੀ ਪੰਜਾਬ ਹੈ, ਉਹਨਾਂ ਤੋਂ ਕੀ ਇਹਨਾਂ ਨੂੰ ਉਮੀਦ ਕਰ ਸਕਦੇ ਹਾਂ? ਸੋ ਇਹ ਤਾਂ ਸਭ ਆਨੇ ਬਾਨੇ ਆ। ਗੱਲ ਇਹ ਆ ਵੀ ਜੇ ਮੈਂ ਤੁਹਾਨੂੰ ਇੱਕ ਬੜਾ ਸਿੰਪਲ ਜਿਹਾ ਲੌਜਿਕ ਦਿੱਤਾ, ਇੱਕ ਪਾਰਟੀ ਹੈ ਜਿਹੜੀ ਸੱਤਾ 'ਚ ਹੈ ਜਿਹਨੇ ਕਈ ਸਾਲ ਤੱਕ ਰਹਿਣਾ, ਇੱਕ ਪਾਰਟੀ ਹੈ ਜਿਹੜੀ ਭਾਜਪਾ ਜਿਹੜੀ 4th ਨੰਬਰ 'ਤੇ ਜਲੰਧਰ 'ਚ ਰਹੀ ਜਿਹੜੀ ਨਫ਼ਰਤ ਦੀ ਰਾਜਨੀਤੀ ਕਰ, ਨਫ਼ਰਤ ਦੀ ਪੰਜਾਬ ਦੀ ਧਰਤੀ 'ਤੇ ਕੋਈ ਜਗ੍ਹਾ ਹੀ ਨਹੀਂ। ਉਹ ਸੁਭਾਵਿਕ ਇਹ ਉਹਨਾਂ ਨੂੰ ਪਤਾ ਕਿ ਜ਼ਮਾਨਤ ਹੋਣੀ ਹੈ ਜ਼ਬਤ, ਕਿਉਂਕਿ ਗੱਦਾਰ ਜਿਹੜਾ ਹੁੰਦਾ ਨਾ ਪੰਜਾਬ ਦੇ ਲੋਕ ਕਦੀ ਬਰਦਾਸ਼ਤ ਨਹੀਂ। ਸੋ ਜਲੰਧਰ ਵਾਲਿਆਂ ਨੇ ਜਿੰਨੀਆਂ ਉਮੀਦਾਂ ਨਾਲ ਉਹਨੂੰ ਜਿਤਾਇਆ ਸੀ ਨਾ, ਹੁਣ ਜ਼ਮਾਨਤ ਜ਼ਬਤ। ਤਾਂ ਇਹ ਸੀ ਸਾਡੇ ਨਾਲ ਮਲਵਿੰਦਰ ਕੰਗਹੋਣੀ, ਜਿਹਨਾਂ ਦੱਸਿਆ ਵਾ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਪੂਰੀ ਤਰ੍ਹਾਂ ਤਿਆਰ ਹੈ, ਅਤੇ ਜਲੰਧਰ ਸੀਟ 'ਤੇ ਕੌਣ ਹੋਊਗਾ ਉਮੀਦਵਾਰ ਇਹਦਾ ਵੀ ਜਿਹੜਾ ਕਿ ਜਲਦ ਹੀ ਐਲਾਨ ਕਰ ਦਿੱਤਾ ਜਾਊਗਾ। ਕੈਮਰਾਮੈਨ ਰਾਜਨ ਦੇ ਨਾਲ ਮੈਂ ਰਾਘਵ ਜੈਨ, 10 ਅਮਰ ਨਿਊਜ਼।